ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ कौर ਸੰਧੂ ਵਲਾਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਚਲੋ ਜੀ ਜਿਹੜਾ ਆਪਣੇ ਹਨਾ ਕੰਮ ਚੱਲਦਾ ਹੈ ਸੈਲੂਨ ਚ ਦੁਕਾਨਾਂ ਚ ਕੰਮ ਚੱਲਦਾ ਹੈਗਾ ਤੇ ਅੱਜ ਆਪਣੇ ਬਾਲ ਪੇਪਰ ਵਾਲਾ ਆਇਆ ਹੋਇਆ ਹੈਗਾ ਵੀਰ ਅੱਜ ਬਾਲ ਪੇਪਰ ਲਾਉਣ ਵਾਲਾ ਵੀਰ ਆਇਆ ਹੋਇਆ ਹੈ ਦੇਖੋ ਆਪਾਂ ਨੇ ਪਹਿਲਾਂ ਪੇਂਟ ਵੀ ਕਰਤਾ ਸੀਗਾ 6 ਮਹੀਨੇ ਹੋ ਗਏ ਪੇਂਟ ਕਰੇ ਨੂੰ ਕਿਉਂਕਿ ਪੇਂਟ ਵੀ ਉਤਰੀ ਜੇ ਜਾ ਰਿਆ ਤੀਗਾ ਹਨ ਜਿੱਥੇ ਸਲਾਵ ਹੈ ਉੱਥੋਂ ਵੀ ਪੇਪਰ ਪੇਪੜੀਆਂ ਜਿਹਾ ਵਣ ਵਣ ਲਈ ਜਾਂ ਲਈ ਜਾਂਦੀਆਂ ਤੀਆਂ ਤੇ ਫਿਰ ਆਪਾਂ ਨੇ ਸੋਚਿਆ ਵੀ ਹਨ ਦੁਬਾਰਾ ਦੁਬਾਰਾ ਸਮਾਨ ਰੱਖਣਾ ਚੱਕਣਾ ਬਹੁਤ ਔਖਾ ਹੈ ਜਦੋਂ ਕਿਰਾ ਇੱਕ ਵਾਰੀ ਹਨ ਸਮਾਨ ਰੱਖ ਲੈਨੇ ਫਿਰ ਕੱਢਣਾ ਕਰਨਾ ਬਹੁਤ ਔਖਾ ਹੈ ਹੁਣ ਸਾਰਾ ਜਿਹੜਾ ਹੈਗਾ ਆਪਾਂ ਨੇ ਕੰਧਾਂ ਦੇ ਉੱਤੇ ਵਾਲ ਪੇਪਰ ਦਾ ਕੰਮ ਕਰਵਾ ਦਾਂਗੇ ਅੰਦਰ ਅੰਦਰ ਇਹ ਨਹੀਂ ਖਰਾਬ ਹੁੰਦਾ ਜੀ ਦੇਖੋ ਸਾਹਮਣੇ ਕਿੰਨੀ ਖਰਾਬ ਕੰਧ ਹੈ ਸਲਾਬ ਨਾਲ ਸਾਰਾ ਉੱਥੋਂ ਜਿਹੜਾ ਕਲਰ ਕਰਿਆ ਖਤੀਗਾ ਹਨਾ ਉਹ ਲਹਿ ਗਿਆ ਜੇ ਹੁਣ ਵੀ ਜਿੱਥੋਂ ਜਿੱਥੋਂ ਹੈਗਾ ਤੀਗਾ ਉੱਥੇ ਵੀ ਬਾਲ ਪੱਟੀ ਮਾਰਦੀ ਆ ਆਪਣੇ ਦੁਆਰਾ ਜਿਹੜਾ ਲਿਹਾ ਹੋਇਆ ਸੀ ਫਿਰ ਨੀਚੇ ਤਾਂ ਖਰਾਬ ਹੀ ਨਹੀਂ ਹੁੰਦਾ ਦੇਖੋ ਇਹ ਬਹੁਤ ਵਧੀਆ ਕਰਦਾ ਵੀਰ ਤੇ ਇਹਦਾ ਨੰਬਰ ਵੀ ਦੇ ਦਾਂਗੇ ਆਪਾਂ ਤੁਹਾਨੂੰ ਇਹਦੀ ਸ਼ਾਪ ਵਗੈਰਾ ਕੋਈ ਨਹੀਂ ਹੈਗੀ ਦੁਕਾਨ ਨਹੀਂ ਹੈਗੀ ਵੈਸੇ ਇਹ ਐਂ ਕਰਦਾ ਕੰਮ ਫੋਨ ਤੇ ਹਨਾ ਉਹਦਾ ਕੰਮ ਫੋਨ ਤੇ ਹੀ ਕਰਦਾ ਹੈ ਅਸੀਂ ਵੀ ਫੇਸਬੁੱਕ ਤੋਂ ਲਿਆ ਸੀਗਾ ਇਹਨਾਂ ਦਾ ਨੰਬਰ ਇਹਦਾ ਨਾਮ ਹੈਗਾ ਜੀ ਆਸੂ ਫਲੈਸ਼ ਫਲੈਕਸ ਪ੍ਰਿੰਟਿੰਗ ਇਹਨਾਂ ਦਾ ਨੰਬਰ ਹੈਗਾ 90411 93572 ਇਹ ਵੀਰਾ ਫੋਨ ਤੇ ਹਨਾ ਬੁਕਿੰਗ ਕਰੀ ਸੀਗੀ ਅਸੀਂ ਤਾਂ ਇਹਨਾਂ ਨੇ ਸਾਨੂੰ ਫੋਟੋਆਂ ਭੇਜਤੀਆਂ ਸੀਗੀਆਂ ਜਿਹੜਾ ਜਿਹੜਾ ਅਸੀਂ ਲਵਾਉਣਾ ਸੀਗਾ ਵਾਲਪੇਪਰ 3D ਤੇ 4D ਵਾਲਪੇਪਰ ਲਵਾਉਣ ਲਾਉਂਦੇ ਨੇ ਇਹ ਹਨਾ ਵੈਸੇ ਕੱਪੜਾ ਆਪਾਂ ਨੂੰ ਦਿਖਾ ਦਿੰਦੇ ਨੇ ਕੱਪੜਾ ਆਪਾਂ ਨੂੰ ਦਿਖਾ ਦਿੰਦੇ ਨੇ ਜਿਹੋ ਜਿਹਾ ਕੱਪੜਾ ਲਵਾਉਣਾ ਹੈ ਹਨਾ ਉਹੋ ਜਿਹੀ ਰੇਟ ਹੈਗਾ ਉਹ ਉਦਾਂ ਦਾ ਹੀ ਰੇਟ ਲਾਉਂਦੇ ਨੇ ਆਪਾਂ ਨੇ ਮੀਡੀਅਮ ਜਿਹਾ ਲਗਾਇਆ ਜਦੋਂ ਸਾਰਾ ਆਪਣਾ ਲੱਗ ਗਿਆ ਹਨਾ ਆਪਾਂ ਤੁਹਾਨੂੰ ਦੱਸਾਂਗੇ ਟੋਟਲੀ ਵੀ ਆਪਣੇ ਕਿੰਨੇ ਪੈਸੇ ਲੱਗੇ ਨੇ ਅੱਜ 16 ਤਰੀਕ ਹੈਗੀ 16 ਮਾਰਚ ਅੱਜ ਇਹ ਲਾਉਣ ਆਇਆ ਜੇ ਸਟਾਰਟ ਹੀ ਕਰਿਆ ਕੰਮ ਦੇਖੋ ਕਹਿੰਦਾ ਇੱਕ ਦੁਕਾਨ ਨਿਕਲ ਜੂਗੀ ਇੱਕ ਦੁਕਾਨ ਚ ਲਾ ਦਾਂਗੇ ਅੱਜ ਪੂਰੀ ਚ ਹਨਾ ਕਾਫੀ ਟਾਈਮ ਲੱਗ ਜਾਂਦਾ ਹੈ ਫੈਬੀਕੋਲ ਢੋਲ ਕੇ ਨੀਚੇ ਦੀ ਹਨਾ ਫੈਬੀਕੋਲ ਲਾ ਕੇ ਸਮਾਰ ਕੇ ਦੇਖੋ ਫੈਬੀਕੋਲ ਢੋਲਦਾ ਇਹ ਡੱਬ ਦੇ ਵਿੱਚ ਪਹਿਲਾਂ ਨੇ ਮੱਥਾ ਪਾਰੀ ਗਏ ਫਿਰ ਨਾਲ ਕੁਲਵਿੰਦਰ ਜੀ ਲੱਗੇ ਹਨਾ ਉਹਨਾਂ ਨੇ ਪੰਪ ਦੇ ਵਿੱਚ ਪਾ ਕੇ ਤੇ ਫਿਰ ਉੱਪਰ ਦਵਾਰਾਂ ਤੇ ਸਾਰੇ ਮਾਰਤਾ ਫਿਰ ਬਹੁਤ ਸੌਖਾ ਲੱਗਿਆ ਇਹਨੂੰ ਲਾਉਣਾ ਤੇ ਚਲੋ ਕਹਿੰਦੇ ਕਿਸੇ ਦੀ ਹੈਲਪ ਕਰਨੀ ਚਾਹੀਦੀ ਹੈ ਆ ਦੇਖੋ ਸਾਰਾ ਪੱਥਰ ਵੀ ਜਿਹੜਾ ਹੈਗਾ ਗੰਦ ਪੈ ਗਿਆ ਪੂਰਾ ਖਰਾਬ ਹੋ ਗਿਆ ਕੋਈ ਨਹੀਂ ਬਾਅਦ ਚੋਂ ਸਾਫ਼ ਕਰ ਲਾਂਗੇ ਜੀ ਆਪਾਂ ਸਾਰੇ ਮੇਣ-ਮੇਣਾ ਕਟਿੰਗ ਵੀ ਕਰਦਾ ਸੀ ਹਨਾ ਵੈਸੇ ਤਾਂ ਮੇਣ ਕੇ ਲੈ ਕੇ ਗਿਆ ਸੀ ਤੇ ਫਿਰ ਵੀ ਇਹਨੇ ਮੇਣ-ਮੇਣ ਕੇ ਸਾਰਾ ਕਟਿੰਗ ਕਰਦਾ ਸੀ ਨਾਲ ਹੁੰਦੇ ਵੀ ਕਿਸੇ ਵਾਸਤੇ ਕੋਈ ਡਿਜ਼ਾਈਨ ਨਾ ਕੱਟਿਆ ਜਾਵੇ ਹਨ ਇਹ ਜਿਹੜਾ ਹੈਗਾ ਡਿਜ਼ਾਈਨ ਇਹ ਜਿਹੜਾ ਸੈਲੂਨ ਚ ਹੈ ਸਾਰਾ ਇਹ ਮੇਰੀ ਪਸੰਦ ਦਾ ਹੈਗਾ ਜਿਹੜਾ ਦੂਸਰੇ ਵਾਲੀ ਦੁਕਾਨ ਚ ਲਵਾਵਾਂਗੇ ਉਹ ਕੁਲਵਿੰਦਰ ਜੀ ਦੀ ਪਸੰਦ ਦਾ ਹੈ ਇਹ ਮੇਰੀ ਪਸੰਦ ਦਾ ਹੈ ਇਹ ਮੈਂ ਸਿਲੈਕਟ ਕੀਤਾ ਸੀਗਾ ਵੈਸੇ ਉਹ ਵੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈਗਾ ਦੇਖੋ ਦੂਜੀ ਗੰਧ ਲਾ ਰਿਹਾ ਹੈ ਇਹ ਇੱਕ ਉਧਰਲੀ ਗੰਧ ਲੱਗ ਗਈ ਇੱਧਰ ਇਹ ਦੂਜੀ ਗੰਧ ਲਾ ਰਿਹਾ ਹੈਗਾ ਵੀਰ ਨਾਲ ਹੁੰਦੇ ਫੈਵੀਕੋਲ ਜਿੱਥੋਂ ਰਹਿ ਜਾਂਦਾ ਸੀ ਬੁਰਸ ਨਾਲ ਲਾਉਂਦਾ ਸੀਗਾ ਫਿਰ ਹਨ ਬੁਰਸ ਨਾਲ ਵੀ ਲਾ ਰਿਹਾ ਸੀਗਾ ਵਧੀਆ ਕੰਮ ਕਰਕੇ ਗਿਆ ਜੀ ਬਹੁਤ ਵਧੀਆ ਕੰਮ ਕਰਕੇ ਗਿਆ ਬਾਕੀ ਹਨਾ ਜਿੰਨਾ ਕਚਰ ਚੱਲੂਗੀ ਓਨਾਂ ਕਚਰ ਪਤਾ ਲੱਗੂਗਾ ਵੈਸੇ 10 ਸਾਲ ਦੀ ਗਾਰੰਟੀ ਦਿੰਦੇ ਨੇਗੇ ਵੀ ਬਲੇਟ બ્ਲੂਟ ਨਹੀਂ ਲੱਗਣਾ ਚਾਹੀਦਾ ਤੇ ਕੋਈ ਤਿੱਖੀ ਚੀਜ਼ ਨਹੀਂ ਲੱਗਣੀ ਚਾਹੀਦੀ ਵੀ ਫਿਰ ਕੁਝ ਨਹੀਂ ਹੁੰਦਾ ਹੈਗਾ ਤੇ ਬਾਕੀ ਚਲੋ ਜੀ ਅ 2-3 ਸਾਲ ਤੱਕ ਤਾਂ ਪੇਂਟ ਵੀ ਲਹਿਣ ਜੇ ਲੱਗ ਜਾਂਦਾ ਗੰਦਾ ਜਿਹਾ ਹੋ ਜਾਂਦਾ ਜੇ 10 ਸਾਲ ਬਾਅਦ ਲਾ ਕੇ ਦੁਬਾਰੇ ਲਵਾ ਲਾਂਗੇ ਹਨਾ ਨਾਲੇ ਚਲੋ ਚੇਂਜ ਆ ਹੋ ਜਾਂਦਾ ਹੁਣ ਇਹ ਸਾਈਡ ਵਾਲੀ ਗੰ ਤਾਂ ਪਹਿਲਾਂ ਮਿੰਕੇ ਦੇਖਦੇ ਆ ਪਹਿਲਾਂ ਮਿੰਕੇ ਦੇਖਦਾ ਪੂਰਾ ਗਿੱਟੀਆਂ ਲਾ ਕੇ ਫਿਰ ਉਹਨੂੰ ਚੱਕ ਕੇ ਫਿਰ ਸਾਰਾ ਥੈਵੀ ਕੋਲ ਲਾ ਕੇ ਹਨਾ ਜੋ ਵੀ ਇਹਦੇ ਹੈਗੇ ਨੇ ਕੈਮੀਕਲ ਜੇ ਪਾ ਕੇ ਆ ਦੇਖੋ ਤਿੰਨੇ ਗੰਦਾ ਕਲੀਅਰ ਹੋ ਗਈਆਂ ਮੋਹਰਲੀ ਮੋਹਰਲੀ ਰਹੇਗੀ ਫਰੰਟ ਵਾਲੀ ਰਹੇਗੀ ਸਾਰੀਆਂ ਸਾਈਡ ਵਾਲੀਆਂ ਵੀ ਤੇ ਪਿਛਲੀ ਗੰਧ ਵੀ ਸਾਰੀਆਂ ਗੰਦਾ ਹੋ ਗਈਆਂ ਇੱਧਰ ਗੇਟ ਰੱਖਿਆ ਹੋਇਆ ਹੈ ਨਾ ਇਹ ਵੀ ਹੁਣ ਕਰਤੀ ਕਲੀਅਰ ਇਹ ਦੁਕਾਨ ਸਾਰੀ ਹੋ ਗਈ ਜੀ ਸੈਲੂਨ ਚ ਆਪਣੇ ਸਾਰਾ ਕਰਤਾ ਦੇਖੋ ਦਿਖਾਉਣੇ ਬਹੁਤ ਸੋਹਣਾ ਲੱਗਦਾ ਮੈਨੂੰ ਤਾਂ ਲਾਈਟ ਜੇ ਕਲਰ ਨੇਗੇ ਇੱਧਰ ਆਪਣਾ ਵਿੱਚ ਦੀ ਗੇਟ ਰੱਖਿਆ ਹੋਇਆ ਹੁਣ ਦੂਸਰੀ ਦੁਕਾਨ ਦੇ ਵਿੱਚ ਲਾ ਲਿਆ ਜਿੰਨਾਂ ਕੋ ਕਹਿੰਦੇ ਚਲੋ ਆਹ ਹੋ ਗਈ ਪੂਰੀ ਕਹਿੰਦੇ ਉ ਤਾਂ ਹੋ 4-5 ਵਜੇ ਕਹਿੰਦੇ ਚਲੋ ਜਿੰਨਾਂ ਕੋ ਹਨਾ ਲੱਗਦਾ ਹੈ ਲਾ ਦਿੰਨੇ ਆ ਥੋੜਾ ਜਿਹਾ ਆ ਦੇਖੋ ਇੱਧਰ ਇੰਨਾ ਕੋ ਲਾ ਗਿਆ ਸੀਗਾ ਇੰਨਾ ਕੋ ਲਾ ਗਿਆ ਸੀਗਾ ਜੀ ਹੁਣ ਉਹ ਚਲਿਆ ਗਿਆ ਚਲੋ ਜੀ ਜੇ ਸਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ